ਇੱਕ ਨੌਜਵਾਨ ਵੱਲੋਂ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ। ਤਕਰੀਬਨ 8 ਮਹੀਨੇ ਬਾਅਦ ਇਨਸਾਫ ਮਿਲਣ ਤੇ ਮ੍ਰਿਤਕ ਰਾਹੁਲ ਦੇ ਪਿਤਾ ਨੇ ਭਾਵੁਕ ਹੁੰਦਿਆਂ ਪੰਜਾਬ ਪੁਲਿਸ ਦਾ ਕੀਤਾ ਧੰਨਵਾਦ। ਬੀਤੀ 27 ਜੁਲਾਈ 2023 ਨੂੰ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਵੱਲੋਂ ਗੁਰਮੁਖ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਸਰਦਾਰ ਇਨਕਲੇਵ ਤਰਨ ਤਾਰਨ ਦੇ ਬਿਆਨਾਂ 'ਤੇ ਅਵਤਾਰ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਗਲੀ ਟੂਡੀਆਂ ਵਾਲੀ ਨੂਰ ਦੀ ਅੱਡਾ ਤਰਨ ਤਾਰਨ ਦੇ ਖਿਲਾਫ ਧਾਰਾ 306-506 IPC ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ। ਪੁਲਿਸ ਮਾਮਲਾ ਦਰਜ ਕਰਵਾਏ ਬਿਆਨਾਂ ਵਿੱਚ ਗੁਰਮੁਖ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਬਿਕਰਮ ਸਿੰਘ ਅਤੇ ਪੋਤਰਾ ਭੁਪਿੰਦਰ ਸਿੰਘ ਉਰਫ ਰਾਹੁਲ 20 ਸਾਲ ਦਾ ਹੈ, ਜੋ ਕਿ ਆਪਣੇ ਪਿਤਾ ਨਾਲ ਪ੍ਰਾਪਰਟੀ ਦੇ ਕੰਮ ਕਰਦਾ ਸੀ। ਗੁਰਮੁਖ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਦਿਓਲ ਅਤੇ ਰਘਵੀਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਮੁੱਠਿਆਂ ਵਾਲਾ ਅਕਸਰ ਹੀ ਉਸਦੇ ਪੁੱਤਰ ਅਤੇ ਪੋਤਰੇ ਦੇ ਖਿਲਾਫ ਝੂਠੀਆਂ ਦਰਖਾਸਤਾਂ ਦੇ ਕੇ ਤੰਗ ਪਰੇਸ਼ਾਨ ਕਰਦੇ ਰਹਿੰਦੇ ਸੀ, ਜਿਸ ਕਾਰਨ ਉਸਦਾ ਪੋਤਰਾ ਭੁਪਿੰਦਰ ਸਿੰਘ ਰਾਹੁਲ ਕਾਫੀ ਪਰੇਸ਼ਾਨ ਰਹਿੰਦਾ ਸੀ। ਉਹਨਾਂ ਦੱਸਿਆ ਕਿ ਉਕਤ ਵਿਅਕਤੀ ਉਸਦੇ ਪੋਤਰੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਸਨ, ਜਿਸ ਕਾਰਨ ਬੀਤੀ 25 ਜੁਲਾਈ ਨੂੰ ਭੁਪਿੰਦਰ ਸਿੰਘ ਰਾਹੁਲ ਨੇ ਦੁਖੀ ਹੋ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ। ਇਸ ਸੰਬੰਧ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਪੁੱਤਰ ਨਿਰੰਜਨ ਸਿੰਘ ਕਾਫੀ ਕੇਸਾਂ ਵਿੱਚੋਂ ਭਗੌੜਾ ਸੀ ਅਤੇ ਅੱਜ ਉਸ ਨੂੰ ਮਾਣਯੋਗ ਅਦਾਲਤ ਦੇ ਹੁਕਮਾਂ 'ਤੇ ਤਰਨ ਤਾਰਨ ਤੋਂ ਕਾਬੂ ਕਰ ਲਿਆ ਗਿਆ ਸੀ ਅਤੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮ੍ਰਿਤਕ ਭੁਪਿੰਦਰ ਸਿੰਘ ਰਾਹੁਲ ਦੇ ਪਿਤਾ ਬਿਕਰਮਜੀਤ ਸਿੰਘ ਨੇ ਪੰਜਾਬ ਪੁਲਿਸ ਅਤੇ ਭਾਰਤੀ ਜੁਡੀਸ਼ੀਅਲ ਦਾ ਭਾਵੁਕ ਹੁੰਦਿਆਂ ਤਹਿ ਦਿਲੋਂ ਧੰਨਵਾਦ ਕੀਤਾ। ਇਹ ਕਿਹਾ ਕਿ ਅੱਜ 8 ਮਹੀਨੇ ਬਾਅਦ ਉਸਦੇ ਪੁੱਤਰ ਨੂੰ ਇਨਸਾਫ ਮਿਲਿਆ। ਉਹਨਾਂ ਅਦਾਲਤ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਉਕਤ ਵਿਅਕਤੀਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸਨੂੰ ਇਨਸਾਫ ਦਿੱਤਾ ਜਾਵੇ। ਜਦਕਿ ਐਡਵੋਕੇਟ ਮਨਮੋਹਨ ਸਿੰਘ ਠੁਕਰਾਲ ਨੇ ਦੱਸਿਆ ਕਿ ਮਾਣਯੋਗ CGM ਵੱਲੋਂ ਅਵਤਾਰ ਸਿੰਘ ਦੇ ਖਿਲਾਫ਼ 6 ਫਰਵਰੀ 2024 ਨੂੰ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ ਅਤੇ ਸਥਾਨਕ ਪੁਲਿਸ ਵੱਲੋਂ ਅੱਜ ਮਿਤੀ 13 ਅਪ੍ਰੈਲ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ, ਜੋ ਕਿ ਪੁਲਿਸ ਦੀ ਬੇਹੱਦ ਸ਼ਲਾਘਾਯੋਗ ਕਾਰਜਕਾਰੀ ਹੈ। ਉਹਨਾਂ ਦੱਸਿਆ ਕਿ ਇਸ ਕੇਸ ਦੀ ਅਗਲੀ ਸੁਣਵਾਈ 9 ਮਈ 2024 ਨੂੰ ਹੋਵੇਗੀ। ਸਾਰਾ ਕੀ ਹੈ ਮਾਮਲਾ ਸੁਣੋ ਪੂਰੀ ਖਬਰ। ਬੇਟੇ ਨੂੰ ਇਹਨੇ ਧਮਕੀਆਂ ਦਿੰਦਾ ਸੀਗਾ, ਮੇਰੇ ਬੇਟੇ ਨੇ ਸੁਸਾਈਡ ਕਰ ਲਈ ਸੀਗੀ। ਉਹਦਾ ਅਦਾਲਤ ਦੇ ਵਿੱਚ ਕੇਸ ਵੀ ਇਹਨਾਂ ਨਾਲ ਅਵਤਾਰ ਸਿੰਘ ਜੋਲ, ਰਘਵੀਰ ਸਿੰਘ ਅਤੇ ਮਨਜੀਤ ਸਿੰਘ ਇਹਨਾਂ ਦੇ ਨਾਲ ਕੇਸ ਚੱਲਦਾ ਸੀਗਾ। ਉਹਨੇ ਸੁਸਾਈਡ ਕਰ ਲਈ ਅਤੇ ਇਹਨਾਂ 'ਤੇ ਪਹਿਲਾਂ ਪਰਚਾ ਹੋਇਆ, FIR ਵਗੈਰਾ ਹੋਈ, ਫਿਰ ਇਨਕੁਆਇਰੀ ਦੇ ਵਿੱਚ ਵੀ ਇਹ ਫਿਰ ਦੋਸ਼ੀ ਪਾਏ ਗਏ, ਫਿਰ ਹਾਈ ਕੋਰਟ ਨੇ ਵੀ ਇਹਨੂੰ ਗ੍ਰਿਫਤਾਰੀ ਦਾ ਇਹਦੇ ਕੱਢੇ ਸੀਗੇ। ਫਿਰ ਇੱਥੋਂ ਲੋਕਲ ਆਪਣਾ ਜੱਜ ਸਾਹਿਬ ਦੇ ਵੀ ਹੈਗੇ ਆ, ਆਰਡਰ ਦੇ ਦਿੰਦੇ ਤੁਹਾਨੂੰ, ਐਡਵੋਕੇਟ ਸਾਹਿਬ ਦੇ ਦਿੰਦੇ ਆ, ਇਹਦੇ ਨਿਕਲੇ ਸੀ। ਇਹ ਬਿਲਕੁਲ ਜੀ 1 ਨੰਬਰ ਦਾ ਜਿਹੜਾ ਬੰਦਾ ਬਲੈਕਮੇਲ, ਇਹ ਸ਼ਹਿਰ ਦੇ ਵਿੱਚ ਕੋਈ ਨੂੰ ਨਹੀਂ ਬਖਸ਼ਦਾ ਪਿਆ, ਸਾਰਿਆਂ ਨੂੰ ਬਲੈਕਮੇਲ ਕਰਦਾ। ਮੇਰਾ ਬੇਟਾ ਜੀ, ਮੇਰਾ ਬੇਟਾ ਭੁਪਿੰਦਰ ਸਿੰਘ, ਮੇਰੇ ਫਾਦਰ ਸਰਦਾਰ ਗੁਰਮੁਖ ਸਿੰਘ ਹੁਣਾਂ ਦੇ ਪ੍ਰੈਸ਼ਰ 'ਚ ਕੀਤੀ, ਅਵਤਾਰ ਸਿੰਘ ਦਿਓਲ, ਮਨਜੀਤ ਸਿੰਘ ਝਬਾਲੀਆ ਅਤੇ ਰਘਵੀਰ ਸਿੰਘ ਮੁੱਠਿਆਂ ਵਾਲਾ। ਉਹਨਾਂ ਦਾ ਟਾਰਗੇਟ ਜੀ, ਇਹਨਾਂ ਦਾ ਕੰਮ ਹੀ ਬਲੈਕਮੇਲਿੰਗ ਕਰਨਾ, ਨਜਾਇਜ਼ ਹਰਾਸਮੈਂਟ ਬੱਚੇ ਦੀਆਂ ਰੋਜ਼ ਕੱਢੀ ਜਾਣ ਜੀ, ਇਹਨੇ ਪਟੇ ਕਿਉਂ ਕਰਾ ਲਏ, ਇਹਨੇ ਆਹ ਕਿਉਂ ਕਰ ਲਿਆ, ਇਹਨੇ ਉਹ ਕਿਉਂ ਕਰ ਲਿਆ। ਪ੍ਰੋਪਰਟੀ ਮੈਟਰ ਸੀ, ਹਾਂ ਪ੍ਰੋਪਰਟੀ ਮੈਟਰ, ਪ੍ਰੋਪਰਟੀ ਵੇਖੋ ਜੀ, ਪਿੰਡ ਬੁੰਗਾ ਭੰਗਾਲਾ ਦੀ ਪ੍ਰੋਪਰਟੀ ਮੈਟਰ ਸੀਗਾ, ਪਿੰਡ ਭੰਗਾਲਾ ਦੀ ਪੰਚਾਇਤ ਨੇ ਅਤੇ ਜਿਹੜੀ ਹੈਗੀ ਸੀ ਉੱਥੋਂ ਦੀ ਜਿਹੜੀ ਕਮੇਟੀ ਸੀ, ਉਹਨਾਂ ਬਕਾਇਦਾ ਆਪਣੇ ਮਤਾ ਪਾ ਕੇ ਕੋਰਟਾਂ ਦੇ ਵਿੱਚ ਜਾ ਕੇ ਬਿਆਨ ਦੇ ਕੇ ਕੇਸ ਜਿਹੜਾ ਵਾ ਉਹਨੂੰ ਵਾਪਸ ਕੀਤਾ, ਖਤਮ ਕੀਤਾ ਅਤੇ ਮੰਤ ਨੂੰ ਮੰਤ ਮੰਨਿਆ।
ਅਤੇ ਮਹੰਤ ਨੇ ਸਾਨੂੰ ਜਿਹੜਾ ਵਾ ਪਟਿਆਕਰ ਲਈ ਪਾਵਰ ਟਰਨੀ ਦਿੱਤੀ ਸੀ, ਅਸੀਂ ਉੱਥੋਂ ਕੀਤੀ। ਇਹ ਉਸ ਮੁੱਦੇ ਨੂੰ ਲੈ ਕੇ ਹੀ ਫੈਲੀ ਜਾਂਦਾ, ਜਦੋਂ ਕਿ ਜਿਹੜਾ ਦੇਣ ਵਾਲਾ ਪਿੰਡ ਭੰਗਾਲਾ ਸਹਿਮਤ ਆ, ਮਹੰਤ ਸਹਿਮਤ ਆ, ਇਹਦਾ ਮਤਲਬ ਨਹੀਂ ਸਿਰਫ ਲੋਕਾਂ ਨੂੰ ਬਲੈਕਮੇਲ ਕਰਨਾ, ਇਹਦਾ ਹੋਰ ਕੋਈ ਮਤਲਬ ਨਹੀਂ। ਜੇ ਕੋਈ ਅਫਸਰ ਸਾਡੀ ਸੁਣਵਾਈ ਕਰਦਾ, ਇਹ ਅਫਸਰ ਨੂੰ ਜਾ ਕੇ ਧਮਕੀ ਵੀ ਦਿੰਦਾ, ਤੇਰੀ ਮੈਂ ਵਿਜੀਲੈਂਸ ਤੋਂ ਜਾਂਚ ਕਰਾਊਂ, ਉਹਦੇ ਮੇਰੇ ਕੋਲ ਸਬੂਤ ਨਹੀਂ। ਇਹਨੇ SDM ਅਰੋੜਾ ਸਾਹਿਬ ਸੀਗੇ, ਉਹਨਾਂ ਕੋਲ ਇਨਕੁਆਇਰੀ ਲੱਗੀ, ਇਹਨੇ ਜੀ ਉਹਨਾਂ ਦਾ ਅਖਬਾਰ ਦੇ ਵਿੱਚ ਇਸ਼ਤਿਹਾਰ ਕਢਾਤਾ ਜੀ, ਇਹਨਾਂ ਦੀ ਜਾਂਚ ਕੀਤੀ ਜਾਵੇ, ਇਹ ਪ੍ਰੋਪਰਟੀ ਕਿੱਥੋਂ ਬਣੀ ਕਿੱਥੋਂ ਨਹੀਂ ਬਣੀ। ਜਿਹੜਾ ਵੀ ਅਫਸਰ ਕੋਈ ਇਨਕੁਆਇਰੀ ਕਰਨ ਲੱਗਦਾ, ਉਹਨੂੰ ਇਹੋ ਡਰਾਵਾ ਦੇ ਕੇ, ਵਿਜੀਲੈਂਸ ਦਾ ਡਰਾਵਾ ਦੇ ਕੇ ਤੇਰੀ ਜਾਇਦਾਦ ਦਾ ਵੇਰਵਾ ਕਢਾਊਂਗਾ, ਅਫਸਰ ਹੱਥ ਜੋੜ ਕੇ ਕਹਿੰਦਾ ਕਿ ਤੁਸੀਂ ਸੱਚੇ ਵੀ ਜੇ ਨਾ, ਮੈਂ ਜੇ ਇਹ ਕਰੂੰਗਾ ਤਾਂ ਮੇਰੀ ਰਿਟਾਇਰਮੈਂਟ ਆਉਣ ਵਾਲੀ ਆ ਅਤੇ ਮੇਰਾ ਸਾਰਾ ਕੁਝ ਖਤਮ ਹੋ ਜਾਣਾ, ਤਾਂ ਤੁਸੀਂ ਪਲੀਜ਼ ਮੇਰੇ ਤੋਂ ਇਨਕੁਆਇਰੀ ਚੁੱਕ ਕੇ ਕਿਸੇ ਹੋਰ ਅਫਸਰ ਤੋਂ ਲਾ। ਹਾਂਜੀ, ਅੱਜ ਗ੍ਰਿਫਤਾਰੀ ਕੀਤੀ ਜੀ ਪੁਲਿਸ ਨੇ, ਮੈਂ ਪੁਲਿਸ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ, ਉਹਨਾਂ ਨੇ ਮੈਨੂੰ ਇਨਸਾਫ ਦਿੱਤਾ ਜੀ। ਇਹ ਜੀ 26/7 ਦੇ ਵਿੱਚ ਮੇਰੇ ਖਿਆਲ ਮੁਕੱਦਮਾ ਦਰਜ ਹੋਇਆ, 26/7 ਦੀ ਮੇਰੇ ਬੇਟੀ ਡੈਥ ਆ, ਅਤੇ 27 ਨੂੰ ਸ਼ਾਇਦ ਮੁਕੱਦਮਾ ਦਰਜ ਕੀਤਾ ਜਾਂ 26/7 ਨੂੰ ਕੀਤਾ ਜੀ। ਅੱਜ ਇਸ ਚੀਜ਼ ਨੂੰ ਦੇਖੋ ਤੁਸੀਂ, ਲਾ ਲਓ ਕਿ 8-9 ਮਹੀਨੇ ਹੋ ਗਏ ਜੀ, 9 ਮਹੀਨਿਆਂ ਬਾਅਦ ਬਸ ਜੀ ਇੱਦਾਂ ਹੀ, ਇਹ ਕਦੇ ਅਫਸਰਾਂ ਨੂੰ ਗੁੰਮਰਾਹ ਕਰ ਜਾਂਦਾ, ਕਦੀ ਕੁਛ ਕਰ ਜਾਂਦਾ, ਇਹਦਾ ਕੰਮ ਹੀ। ਗ੍ਰਿਫਤਾਰੀ ਕਿੱਥੇ ਹੋਈ? ਅੱਜ ਇੱਥੇ DC ਆਫਿਸ ਲੱਗੇ ਹੋਏ, ਮੈਨੂੰ ਤਾਂ ਪਤਾ ਲੱਗਾ ਜੀ ਜਦੋਂ ਇਹਦੀ ਗ੍ਰਿਫਤਾਰੀ ਹੋਈ ਤਾਂ ਫਿਰ ਮੈਂ ਆਇਆ, ਮੈਂ SP ਸਾਹਿਬ ਦੇ ਚਲੋ ਅੰਦਰ ਜਾਣਾ ਸੀ, ਪਰ ਮੈਨੂੰ ਉਹਨਾਂ ਨੇ ਕਿਹਾ ਕਿ ਬਾਅਦ 'ਚ ਮਿਲਦੇ, ਪਰ ਉਹਨਾਂ ਗ੍ਰਿਫਤਾਰੀ ਪਾ ਉਹਨੂੰ ਵੀ ਫੜ ਕੇ ਅਤੇ ਸਿਟੀ ਥਾਣੇ ਜਿਹੜਾ ਪੁਲਿਸ ਲੈ ਗਈ ਹੋਈ। ਕਿਸੇ ਆਫਿਸਰ ਨੂੰ ਮਿਲਣ ਆਇਆ ਸੀ? ਪਤਾ ਨਹੀਂ ਜੀ, ਇਸ ਚੀਜ਼ ਦਾ ਉਹਨੂੰ ਪਤਾ ਹੋਊਗਾ, ਪਰ ਉਹ ਇੱਥੇ ਸੀ, ਉਹ ਸ਼ਰੇਆਮ ਘੁੰਮਦਾ ਸੀ। ਅੱਜ ਦੇਖੋ 8-9 ਮਹੀਨੇ ਹੋ ਗਿਆ ਤਾਂ ਉਹ ਤਾਂ ਸ਼ਰੇਆਮ ਘੁੰਮਦੇ। ਕਿੰਨੀ ਏਜ ਸੀ ਬੇਟੇ ਤੁਹਾਡੇ? ਬੇਟੇ ਮੇਰੇ ਦੀ ਜੀ 19.5 ਸਾਲ ਉਮਰ ਉਹਨੇ ਜੀ ਰਿਵਾਲਵਰ ਨਾ ਕੀਤਾ, ਪਿਸਟਲ ਨਾ, ਪਿਸਟਲ ਨਾ ਕੀਤਾ ਉਹਨੂੰ, ਬੇਟੇ ਨੂੰ ਇੰਨਾ ਜ਼ਿਆਦਾ ਟੋਰਚਰ ਹੀ ਇੰਨਾ ਕਰਤਾ ਜੀ। ਇਹ July 2023 ਦੇ ਵਿੱਚ ਭੁਪਿੰਦਰ ਸਿੰਘ ਰਾਹੁਲ ਨੇ ਸੁਸਾਈਡ ਕਰ ਲਈ ਸੀ ਜੀ, ਅਤੇ ਵਿਕਰਮ ਸਿੰਘ ਪੁੱਤਰ ਗੁਰਮੁਖ ਸਿੰਘ ਦਾ ਬੇਟਾ ਸੀਗਾ ਜੀ। ਉਹਦੇ ਰਿਗਾਰਡਿੰਗ FIR ਨੰਬਰ 242/2023 ਦਰਜ ਹੋਇਆ ਸੀ ਥਾਣਾ ਸਿਟੀ 'ਚ, ਜਿਹਦੇ 'ਚ ਇਹ ਬੰਦਾ ਵਾਂਟਡ ਸੀ ਅਵਤਾਰ ਸਿੰਘ ਦਿਓਰ। ਇਸ ਤੋਂ ਬਾਅਦ ਇਹਦੇ ਉੱਤੇ ਫਿਰ ਇੱਕ 343/2023 FIR ਦਰਜ ਹੋਈ ਉਸੇ ਥਾਣੇ 'ਚ। ਇਹ ਦੋਨਾਂ ਕੇਸਾਂ 'ਚ ਵਾਂਟਡ ਸੀਗਾ, ਅਤੇ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟਰੇਟ ਤਰਨ ਤਾਰਨ ਸਾਹਿਬ ਨੇ ਇਹਦੀ ਗ੍ਰਿਫਤਾਰੀ ਵਾਸਤੇ ਇਹਨੂੰ ਅਰੈਸਟ ਕਰਨ ਲਈ ਵਾਰੰਟ ਵੀ ਜਾਰੀ ਕੀਤਾ ਆ। ਅੱਜ ਲੋਕਲ ਪੁਲਿਸ ਨੇ ਇਹਨੂੰ ਗ੍ਰਿਫਤਾਰ ਕੀਤਾ, ਬੜੀ ਵਧੀਆ ਕਾਰਵਾਈ ਹੋਈ ਹੈ ਜੀ। ਕਿੰਨੀ ਦੇਰ ਤੋਂ ਵਾਰੰਟ ਜਾਰੀ ਹੋਇਆ ਸੀ? ਇਹਦਾ ਜੀ ਵਾਰੰਟ ਜਾਰੀ ਹੋਇਆ ਸੀ 6/2/2023 ਨੂੰ, ਲੋਕਲ ਪੁਲਿਸ ਨੇ ਕੋਰਟ 'ਚ ਦਰਖਾਸਤ ਦਿੱਤੀ ਸੀ ਇਹਨੂੰ ਫੜਨ ਲਈ, ਉਹਦੇ ਬਾਅਦ ਕੋਰਟ ਨੇ ਵਾਰੰਟ ਜਾਰੀ ਕੀਤਾ ਸੀ। ਹੁਣ ਇਹਦੀ 9/5 ਹੈ ਜੀ, ਇਹਨੂੰ ਫੜ ਕੇ ਪੇਸ਼ ਕਰਨਾ। ਇਹ ਪੁਲਿਸ ਦਾ ਕਹਿਣਾ ਸੀਗਾ ਕਿ ਇਹਨੂੰ ਬੰਦੇ ਨੂੰ ਟਰੇਸ ਕਰ ਰਹੇ ਹਾਂ, ਲੱਭ ਨਹੀਂ ਰਿਹਾ। ਅੱਜ ਇਹ ਜਿਹੜਾ ਕਾਬੂ ਆ ਗਿਆ ਜੀ ਪੁਲਿਸ 'ਤੇ, ਅਤੇ ਇਹਨੂੰ ਪੁਲਿਸ ਨੇ ਬੜਾ ਵਧੀਆ ਕੰਮ ਕੀਤਾ ਜੀ ਅਰੈਸਟ ਕਰ। ਇਹ ਜੀ ਮੁਕੱਦਮੇ ਦੇ ਵਿੱਚ ਹੈਗਾ ਸੀ ਵਾਂਟਡ, ਯਾਨੀ ਕਿ ਉੱਥੇ ਦਫ਼ਤਰ ਵਿੱਚ ਤੁਰਿਆ ਫਿਰਦਾ ਸੀ, ਅਤੇ ਇਹਨਾਂ ਨੂੰ ਜਿਹੜਾ ਵਾ ਮਦਈ ਪਾਰਟੀ ਨੇ ਲਾਇਆ ਗਿਆ। ਅਤੇ ਕਿਹੜੀ ਜਗ੍ਹਾ, ਕੀ ਨਾਂ, ਕੀ ਇਹਦਾ, ਕਿੱਥੇ ਤੁਰਿਆ ਫਿਰਦਾ? ਇਹ ਅਵਤਾਰ ਸਿੰਘ ਹੈ, ਸਰਕਾਰੀ ਦਫ਼ਤਰ ਦੇ ਵਿੱਚ ਤੁਰਿਆ ਫਿਰਦਾ। ਇਹ ਕਿਹੜੇ ਮੁਕੱਦਮੇ 'ਚ ਵਾਂਟਡ ਸੀ? ਇਹ ਜੀ 23 ਮੁਕੱਦਮਾ ਵਾ 23 ਦਾ। ਅੱਛਾ ਜੀ, ਕੀ ਕਾਰਵਾਈ ਕੀਤੀ ਜਾ ਰਹੀ ਹੈ? ਹਾਂਜੀ, ਜੱਜ ਸਾਹਿਬ ਵੱਲੋਂ ਰੈਸਟੋਰੈਂਟ ਹੈ। ਮਤਲਬ ਇੱਥੋਂ ਰੈਸਟੋਰੈਂਟ ਹੈ ਕਿ ਹਾਈ ਕੋਰਟ ਤੋਂ? ਨਹੀਂ ਨਹੀਂ, ਇੱਥੋਂ ਰੈਸਟੋਰੈਂਟ ਆ। ਹਾਂਜੀ ਹਾਂਜੀ, ਅਤੇ ਹੁਣ ਕੀ ਕਾਰਵਾਈ ਕੀਤੀ ਅਰੈਸਟ? ਹੁਣ ਵੇਖੋ, ਲੈ ਗਏ ਸੀਨੀਅਰ ਅਫਸਰ ਨੇ ਨੌਲੇਜ 'ਚ, ਅਗਲੀ ਕਾਰਵਾਈ ਜੋ ਵੀ ਅਫਸਰ ਦੱਸ ਦੇਣਗੇ ਜੋ ਵੀ। ਤਰਨ ਤਾਰਨ ਤੋਂ ਸਾਗਰਦੀਪ ਸਿੰਘ ਅਰੋੜਾ ਦੀ ਰਿਪੋਰਟ।